ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਪੰਜਾਬ ਦੇ ਵਿੱਚ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਭਾਰਤੀ ਮੌਸਮ ਭਾਗ ਵੱਲੋਂ ਜਿਹੜਾ ਕਈ ਜ਼ਿਲ੍ਹਿਆਂ 'ਚ ਭਾਰੀ ਤੋਂ ਭਾਰੀ ਵਰਖਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੇ ਜਿਹੜੀ ਹੈਗੀ yellow alert ਤੇ ਕਿਤੇ ਕਿਤੇ ਜਿਹੜਾ ਹੈਗਾ orange alert ਜਾਰੀ ਕੀਤਾ ਗਿਆ ਜ਼ਿਲ੍ਹੇਵਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਲਰਟ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸ ਵੀਡੀਓ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਨਾਲ ਜਿਹੜੀਆਂ ਫਸਲਾਂ ਬਾਰੇ ਜਿਹੜੀ ਜੇ ਕੋਈ ਹੋਰ ਸਮੱਸਿਆਵਾਂ ਆ ਰਹੀਆਂ ਨੇ ਜਿਹਦੇ ਵਿੱਚ ਕੋਈ ਉਲੀ ਰੋਗ ਆ ਜਾਂ ਨਰਮੇ ਬਾਰੇ ਕੋਈ ਕਿਸੇ ਵੀਰ ਦੀ ਕੋਈ ਸਮੱਸਿਆ ਦਾ ਥੱਲੇ ਕਮੈਂਟਾਂ ਜਰੂਰ ਦੱਸ ਦਿਓ ਕਿਉਂਕਿ ਮੈਂ ਇਸ ਦੂਬਾਰ ਜਿਹੜੀਆਂ ਹੁਣ ਆ ਦੋ ਦਿਨ ਜਿਹੜੀਆਂ ਹੈਗੀਆਂ ਵੀਡੀਓਜ਼ ਅਪਲੋਡ ਕਰਨੀਆਂ ਨੇ ਜਿਹੜੀਆਂ ਫਸਲਾਂ ਦੇ ਵਿੱਚ ਕੋਈ ਸਮੱਸਿਆਵਾਂ ਆ ਰਹੀਆਂ ਨੇ ਸੋ ਜੇ ਆਪਾਂ ਗੱਲ ਕਰੀਏ ਮੌਸਮ ਦੀ ਕਿਸਾਨ ਵੀਰੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਭਾਗਾਂ ਦੇ ਵਿੱਚ ਪੰਜਾਬ ਦੇ ਮੌਸਮ ਜਿਹੜਾ ਆਉਣ ਵਾਲੇ ਦੋ ਤਿੰਨ ਦਿਨਾਂ ਅੱਜ ਜਿਹੜਾ ਖਰਾਬ ਹੋ ਸਕਦਾ ਆ بارش ਵਾਲੇ ਦਿਨ ਆ ਜਿਹੜੇ ਉਹ ਦੋ ਤਿੰਨ ਦਿਨ ਜਿਹੜੇ ਉਹ 21 ਜੁਲਾਈ ਤੱਕ ਜਿਹੜੇ ਹੈਗੇ بارش ਵਾਲੇ ਦਿਨ ਜਿਹੜੇ ਰਹਿਣਗੇ ਜੇ ਆਪਾਂ ਗੱਲ ਕਰੀਏ ਮੱਝਾ ਏਰੀਆ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਅੱਜ ਮਤਲਬ ਕਿ 18 ਜੁਲਾਈ ਨੂੰ ਜਿਹੜਾ ਹੈਗਾ ਪਠਾਨਕੋਟ ਤੇ ਗਰਦਾਸਪੁਰ ਜ਼ਿਲ੍ਹਿਆਂ ਵਾਸਤੇ ਜਿਹੜਾ ਭਾਰੀ ਵਰਖਾ ਦਾ yellow alert ਹੈ yellow alert ਦਾ ਮਤਲਬ ਹੁੰਦਾ ਹੈ ਕਿ ਜਿਹੜਾ ਤੁਸੀਂ ਅਪਡੇਟ ਰਹੋ ਮੌਸਮ ਦੇ ਵਿੱਚ ਚੇਂਜ ਬਾਰੇ ਜਿਹੜੀ ਹੈਗੀ ਆ ਨਾਲ ਦੀ ਨਾਲ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ 19 ਤੇ 20 ਜੁਲਾਈ ਨੂੰ ਜਿਹੜਾ ਹੈਗਾ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਇਹ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ بارش ਦਾ orange alert جاری ਹੈ ਮਤਲਬ ਕਿ بارش ਹੋਊਗੀ ਭਾਰੀ ਤੋਂ ਭਾਰੀ بارش ਹੋਊਗੀ ਤੇ 21 ਤਰੀਕ ਨੂੰ ਵੀ ਜਿਹੜਾ ਹੈਗਾ येलो ਅਲਰਟ ਹੈ ਮਤਲਬ ਕਿ ਉਹਦੇ ਵਿੱਚ ਕੋਈ ਚੇਂਜ ਆ ਸਕਦੀ ਹੈ ਪਰ ਭਾਰੀ ਵਰਖਾ ਵਾਸਤੇ 21 ਜੁਲਾਈ ਨੂੰ ਵੀ ਜਿਹੜਾ ਅ ਅਲਰਟ ਜਾਰੀ ਕੀਤਾ ਗਿਆ ਦਬਾਬੇ ਏਰੀਆ ਦੇ ਜੇ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਤਾਂ 18 ਜੁਲਾਈ ਨੂੰ ਜਿਹੜਾ ਹੈਗਾ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਾਸਤੇ येलो ਅਲਰਟ ਹੈ ਭਾਰੀ ਬਰਸਾਤ ਹੋ ਸਕਦੀ ਹੈ ਕਪੂਰਥਲਾ ਤੇ ਜਲੰਧਰ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਬਰਸਾਤ ਦੇ ਚਾਂਸ ਘੱਟ ਹੈ ਪਰ ਹੋ ਸਕਦੀ ਹੈ ਔਰੇਂਜ ਅਲਰਟ ਜਿਹੜਾ ਜਾਰੀ ਕੀਤਾ ਗਿਆ 19 ਤੇ 20 ਜੁਲਾਈ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਲਸਰਾ ਤੇ ਜਲੰਧਰ ਭਾਰੀ ਤੋਂ ਭਾਰੀ بارش ਜਿਹੜੀ ਹੈਗੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 19 ਤੇ 20 ਤਰੀਕ ਨੂੰ ਜਿਹੜੀ ਹੈਗੀ ਹੈ ਹੋਣ ਦੀ ਪੂਰੀ ਸੰਭਾਵਨਾ ਹੈਗੀ ਹੈ ਤੇ ਜਿਹੜਾ ਕਿਸਾਨ ਵੀਰਾਂ ਨੂੰ ਜਿਹੜਾ ਅਲਰਟ ਰੈਨ ਲੈ ਕੇ ਆ ਗਿਆ ਤੇ 21 ਜੁਲਾਈ ਨੂੰ ਵੀ ਜਿਹੜਾ ਦੁਆਬ ਏਰੀਏ ਦੇ ਵਿੱਚ ਭਾਰੀ ਬਰਸਾਤ ਵਾਸਤੇ yellow alert ਜਾਰੀ ਕੀਤਾ ਗਿਆ ਜੀ ਆਪਾਂ ਗੱਲ ਕਰੀਏ ਪੱਛਮੀ ਮਾਲਵਾ ਫਰੀਦਕੋਟ ਫਾਜ਼ਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਬਠਿੰਡਾ ਇਨ੍ਹਾਂ ਜ਼ਿਲ੍ਹਿਆਂ 'ਚ 19 ਤੇ 20 ਵਾਸਤੇ ਜਿਹੜਾ ਜੈਲ ਅਲਰਟ ਜਾਰੀ ਆ ਜੇ ਕੋਈ ਅਪਡੇਟ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ 19 ਤੇ 20 ਤਰੀਕ ਨੂੰ ਜਿਹੜਾ ਭਾਰੀ ਬਰਸਾਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ 21 ਤਰੀਕ ਨੂੰ ਜਿਹੜਾ ਹੈਗਾ ਮੌਸਮ ਅਜੇ ਜਿਹੜਾ ਸਾਫ਼ ਦਿਖਾਇਆ ਗਿਆ ਹੈ ਭਾਰਤੀ ਮੌਸਮ ਭਾਗ ਵੱਲੋਂ ਜੇ ਆਪਾਂ ਗੱਲ ਕਰੀਏ ਪੂਰਬੀ ਮਾਲਵਾ ਜਿਹਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਫਤੇਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੀ ਹੈਗੀ ਆ ਬਰਸਾਤ ਦਰਮਿਆਨੀ ਤੋਂ ਭਾਰੀ ਵਰਖਾ ਜਿਹੜੀ ਹੋ ਸਕਦੀ ਹੈ yellow alert ਜਾਰੀ ਹੈ 19 ਤੇ 20 ਜੁਲਾਈ ਨੂੰ ਲੁਧਿਆਣਾ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਵਿੱਚ ਜਿਹੜਾ ਹੈਗਾ ਭਾਰੀ ਬਰਸਾਤ ਦਾ yellow alert ਤੇ ਫਤੇਗੜ ਸਾਹਿਬ ਰੋਪੜ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਦੇ ਵਿੱਚ 19 ਤੇ 20 ਤਰੀਕ ਨੂੰ ਭਾਰੀ ਤੋਂ ਭਾਰੀ ਵਰਖਾ ਕਿਸਾਨ ਵੀਰੋ ਹੋ ਸਕਦੀ ਹੈ ਜਿਹੜਾ orange alert ਜਾਰੀ ਕੀਤਾ ਗਿਆ ਹੈ ਪੂਰੀ ਸੰਭਾਵਨਾ ਭਾਰੀ ਤੋਂ ਭਾਰੀ ਵਰਖਾ ਜਿਹੜੀ ਹੈਗੀ ਐ ਇੰਨੇ ਜ਼ਿਲ੍ਹਿਆਂ ਦੇ ਵਿੱਚ 19 ਤੇ 20 ਤਰੀਕ ਨੂੰ ਆਏਗੀ ਤੇ 21 ਜੁਲਾਈ ਨੂੰ ਜਿਹੜਾ ਹੈਗਾ ਲੁਧਿਆਣਾ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਵਿੱਚ ਮੌਸਮ ਜਿਹੜਾ ਹੈਗਾ ਸਾਫ਼ ਦਿਖਾਇਆ ਗਿਆ ਤੇ ਫਤਿਹਗੜ੍ਹ ਸਾਹਬ ਰੂਪਨਗਰ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ 21 ਤਰੀਕ ਨੂੰ ਵੀ ਜਿਹੜਾ ਹੈਗਾ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈਗੀ ਐ ਸੋ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕਿਸਾਨ ਵੀਰੋ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਮੌਸਮੀ ਹਲਚਲ ਜਾਰੀ ਰਹੂਗੀ ਸੋ ਜੇ ਤੁਸੀਂ ਕੋਈ ਸਪਰੇਅ ਦੀ ਪਲੈਨਿੰਗ ਕਰ ਰਹੇ ਹੋ ਤਾਂ ਕਿਰਪਾ ਕਰਕੇ ਜਿਹੜਾ ਮੌਸਮ ਦੇਖ ਲਓ ਉਹਦੇ ਅਨਸਾਰ